जो पहला सवाल है वह राहुल जी ने किया हुआ है और उन्होंने सतगुरु रविदास महाराज जी के जीवन एवं कृतित्व जीवन परिचय से संबंधित है और अलग अलग विद्वानों की जब हम विचारधारा को पढ़ते हैं तो उसमें कई शंकाएं उत्पन्न होती हैं। जो पाठक है उसको ये समझना बहुत मुश्किल हो जाता है कि कौन सी चीज़ सही है कौन सी नहीं है, ये एक शोधार्थी की पहचान है। तो उन्होंने प्रश्न किया है कि सतगुरु रविदास महाराज जी ने जब निर्वाण प्राप्त किया, जब ब्रह्मलीन हुए, तो उनकी जो ज्योति जो समाने की क्रिया थी प्राकृतिक थी या किसी के द्वारा उनको शहीद किया गया, इन दोनों के बीच में राहुल जी की दुविधा है। तो मैं महाराज जी से निवेदन करती हूं कि इस पर प्रकाश डालेंगे। सवाल सी गुरु जी का जन्म जीवन काल दे बाबत। गुरु जी का पूरा जीवन कहना तो बहुत मुश्किल है थोड़े जे समय दे विच, थोड़े जे टाइम दे विच। इतना जरूरी है कि उन्हों का जन्म 1433 माघ सुदी 15 दुखिया के कल्याण हित प्रगटे रविदास। उन्हों का जन्म 1433 बिक्रमी नूं होया। 1584 पई चतौड़ में पीड़, जर जर दे कंचन पई ते रव रव मिलियो शरीर। जिस लेखक ने यह दोहा किया है उसी लेखक ने दूसरा दोहा किया जो उन्हां दी ज्योति जो समान दै कि 1584 पई चतौड़ में पीड़, जर जर दे कंचन पई ते रव रव मिलियो शरीर। गुरु जी 1584 च ज्योति ज्योत समाए। जदों असीं ये उम्र का हिसाब लगांदे हाँ तो 151 साल की उम्र बनती है। बहुत सारे इतिहासकारां ने उन्हां दी उम्र 120 साल भी लिखी है, पर असीं देखना इस गल नूं है कि जिस दा दोहा उन्हां दे जन्म नाल जुड़िया है तो उन्हां दा ही दोहा उन्हां दे अंत समय नाल जुड़िया है। इस करके वो किताब नूं और ये जिस दा दोहा है ये गुरु जी दे पड़पोतरे सरीके चो सन उन्होंने लिखिया होया। ये पृथ्वी सिंह आजाद ने कहा सी बहुत चिर पहला रविदास दर्शन जो उन्होंने किताब लिखी तो उस किताब के आधार पर ही गुरु जी का 600 साल जो जन्मदिन पिछले दिन जो पहला मनाया गया सी तो उसे नू आधार लैके ही मनाया गया सी। गुरु जी का ज्योति जो समान गुरु प्यारी सत्संगत जीओ, वैसे तो हूँ तक ये चलता रहा, इतिहास कहिंदा रहा, इतिहासकार कहिंदे रहे कि गुरु जी जिस तरह कुदरती नैचुरल डैथ हो सकती है उसी तरह ज्योति ज्योत समाए। थोड़े समय तो है, वैसे तो वो काफ़ी बुद्धिजीवी ने, बहुत ज़्यादा पढ़े लिखे ने,
ਕੁਛ ਕੁ ਲੋਕਾਂ ਨੇ ਇੱਕ ਕਿਤਾਬ ਨੂੰ ਲਿਖਿਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਕੁਦਰਤੀ ਜੋਤੀ ਜੋ ਸਮਾਏ ਨਹੀਂ ਹਨ, ਬਲਕਿ ਉਹਨਾਂ ਨੂੰ ਸ਼ਹੀਦ ਕੀਤਾ। ਉਹ ਤਾਂ ਸ਼ਹੀਦ ਵੀ ਨਹੀਂ ਲਿਖਦੇ, ਬੜੀ ਰਫ ਜਿਹੀ ਬੋਲੀ ਨੂੰ ਲਿਆ ਉਹਨਾਂ ਨੇ, ਹਾਲਾਂਕਿ ਉਹ ਪੜ੍ਹੇ ਲਿਖੇ ਨੇ ਕਿ ਗੁਰੂ ਰਵਿਦਾਸ ਜੀ ਦਾ ਕਤਲ ਹੋਇਆ। ਜੋ ਉਹਨਾਂ ਨੇ ਆਪਣੇ ਦਸਤਾਵੇਜ਼ ਪੇਸ਼ ਕੀਤੇ ਹਨ, ਉਹਨਾਂ ਦੇ ਆਧਾਰ 'ਤੇ ਆਪਣੀ ਸੋਚ ਦੇ ਮੁਤਾਬਕ, ਗੁਰੂ ਪਿਆਰੀ ਸਤ ਸੰਗਤ ਜੀ, ਕੱਲ੍ਹ ਨੂੰ ਆਪਣੀ ਸੋਚ ਕੋਈ ਵੀ ਕਹਿ ਸਕਦਾ, ਪਰ ਅਸੀਂ ਸਤਿਗੁਰ ਰਵਿਦਾਸ ਜੀ ਦੀ ਸੋਚ ਨੂੰ ਲੈਣਾ। ਉਹਨਾਂ ਨੇ ਜੋ ਆਪਣੀ ਬਾਣੀ ਦੇ ਵਿੱਚ ਕਿਹਾ ਉਸ ਨੂੰ ਲੈਣਾ ਹੋਵੇਗਾ। ਅਸੀਂ ਆਪਣੀ ਬੁੱਧੀ ਦੇ ਮੁਤਾਬਕ ਨਹੀਂ ਕਹਿ ਸਕਦੇ ਕੁਝ ਵੀ, ਆਪਣੀ ਬੁੱਧੀ ਮੁਤਾਬਕ ਅਸੀਂ ਪਿਓ ਦੇ ਜਨਮ ਲਈ ਕੀ ਕਹਿ ਦਾਂਗੇ। ਇਹ ਤਾਂ ਪਿਤਾ ਨੂੰ ਪਤਾ ਹੈ ਨਾ, ਮੇਰਾ ਜਨਮ ਕਦੋਂ ਹੋਇਆ, ਕਿਸ ਇਲਾਕੇ 'ਚ ਹੋਇਆ। ਇਸੇ ਤਰ੍ਹਾਂ ਸਤਿਗੁਰੂ ਜੀ ਨੂੰ ਪਤਾ ਹੈ, ਤੇ ਉਹਨਾਂ ਦੀ ਆਪਣੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਰਵਿਦਾਸ ਚਮਾਰ ਉਸਤਤ ਕਰੇ ਹਰ ਕਿਰਤ ਨਿਮਖ ਇੱਕ ਗਾਏ ਪਤਤ ਜਾਤ ਉੱਤਮ ਪਿਆ ਚਾਰ ਵਰਨ ਪਾ ਗਿਆ। ਇਹ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਗੁਰੂ ਰਵਿਦਾਸ ਜੀ ਦੇ ਚਰਨਾਂ 'ਚ ਚਾਰੇ ਵਰਨਾਂ ਦੇ ਲੋਕ ਆ ਕੇ ਝੁੱਕ ਗਏ, ਚਾਰੇ ਵਰਨਾਂ ਨੇ ਉਹਨਾਂ ਨੂੰ ਆਪਣਾ ਗੁਰੂ ਬਣਾ ਲਿਆ। ਜਦੋਂ ਚਾਰੇ ਵਰਨਾਂ ਦੇ ਉਹ ਗੁਰੂ ਬਣ ਗਏ, ਚਾਰੇ ਵਰਨਾਂ ਨੇ ਉਹਨਾਂ ਨੂੰ ਆਪਣਾ ਗੁਰੂ ਬਣਾ ਲਿਆ, ਤੇ ਫਿਰ ਉਹਨਾਂ ਦਾ ਦੁਸ਼ਮਣ ਕੌਣ ਰਹਿ ਗਿਆ? ਗੁਰਬਾਣੀ ਨੂੰ ਲੈ ਕੇ ਵੇਖਿਆ ਜਾਏ ਤਾਂ ਉਹਨਾਂ ਦਾ ਦੁਸ਼ਮਣ ਕੌਣ ਰਿਹਾ? ਇੱਥੇ ਬਸ ਨਹੀਂ, ਭਾਈ ਗੁਰਦਾਸ ਜੀ ਨੇ ਲਿਖਿਆ ਕਿ ਉਹ ਇਤਨੀ ਮਹਾਨ ਹੋਏ ਕਿ ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਵਿੱਚ ਚਮਰੇਟਾ। ਉਹਨਾਂ ਦੀ ਸਾਰੇ ਪਾਸੇ ਜੈ ਜੈਕਾਰ ਹੋਈ, ਸਾਰੇ ਪਾਸ ਚਾਰੇ ਪਾਸੇ ਉਹਨਾਂ ਨੂੰ ਲੋਕ ਆਪਣਾ ਗੁਰੂ ਮੰਨਣ ਲੱਗੇ। ਇੱਥੋਂ ਤੱਕ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਖੁਦ ਵੀ ਲਿਖ ਦਿੱਤਾ, ਮੇਰੀ ਜਾਤ ਕੁੱਟ ਬਾਂਡਲਾ ਟੋਰ ਟਵੰਤਾ ਨਿਤ ਹੀ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਦਾਨ ਕਰੇ ਡਿੰਡੋਰ ਤੇਰੇ ਸਰਨਾਏ ਰਵਿਦਾਸ ਦਾਸਨ ਦਾਸ। ਸਤਿਗੁਰ ਰਵਿਦਾਸ ਜੀ ਖੁਦ ਆਪਣੀ ਬਾਣੀ ਵਿੱਚ ਕਹਿ ਰਹੇ ਨੇ ਕਿ ਮੇਰੀ ਜਾਤ ਜਨਮ ਉਸ ਜਾਤੀ 'ਚ ਹੋਇਆ ਜਿਸ ਜਾਤੀ ਦੇ ਅੱਜ ਵੀ ਲੋਕ ਮਰੇ ਹੋਏ ਪਸ਼ੂਆਂ ਦੀ ਚਮੜੇ ਦਾ ਕੰਮ ਕਰਦੇ ਨੇ, ਪਰ ਮੇਰੇ 'ਚ ਬਲ ਆਇਆ, ਇੱਕ ਤਾਕਤ ਆਈ, ਮੇਰੇ 'ਚ ਇਹੋ ਜਿਹੇ ਗੁਣ ਆਏ, ਮੇਰੇ 'ਚ ਐਸਾ ਗਿਆਨ ਆਇਆ ਕਿ ਅਬ ਵਿਪਰ ਪ੍ਰਦਾਨ ਕਰੇ ਡੰਡੋਤ। ਸਭ ਤੋਂ ਜ਼ਿਆਦਾ ਵਿਰੋਧ ਕਿਹਨਾਂ ਨੇ ਕੀਤਾ? ਉਹਨਾਂ ਦਾ, ਵਿਪਰਾਂ ਨੇ।
ਤੇ ਗੁਰੂ ਜੀ ਕਹਿੰਦੇ ਨੇ ਅਬ ਪ੍ਰਧਾਨ ਵਿਪਰ, ਛੋਟੇ ਮੋਟੇ ਨਹੀਂ, ਬਨਾਰਸ ਦੇ ਜਿਹੜੇ ਪ੍ਰਧਾਨ ਵਿਪਰ ਹਨ, ਗੁਰੂ ਜੀ ਕਹਿੰਦੇ ਨੇ ਉਹ ਮੈਨੂੰ ਡੰਡੌਤਾਂ ਕਰ ਰਹੇ ਨੇ, ਉਹ ਮੇਰੇ ਅੱਗੇ ਸੀਸ ਝੁਕਾ ਰਹੇ ਨੇ। ਕਹਿਣ ਦਾ ਭਾਵ ਗੁਰੂ ਜੀ ਦੇ ਵਿੱਚ ਐਸਾ ਗਿਆਨ ਰਿਹਾ, ਐਸੀ ਨਿਮਰਤਾ ਰਹੀ, ਐਸੀ ਦੀਨਤਾ ਰਹੀ ਕਿ ਬੜੇ ਬੜੇ ਜਿਹੜੇ ਹੰਕਾਰੀ ਲੋਕ ਸਨ ਉਹ ਵੀ ਉਹਨਾਂ ਦੇ ਚਰਨਾਂ ਚ ਆ ਕੇ ਝੁੱਕ ਗਏ। ਇਤਿਹਾਸ ਕਹਿੰਦਾ ਕਿ 52 ਰਾਜੇ ਰਾਣੀਆਂ ਗੁਰੂ ਜੀ ਦੇ ਸਰਦਾਲੂ ਹੋ ਗਏ। 52 ਰਾਜੇ ਰਾਣੀ ਉਹਨਾਂ ਦੇ ਸਰਦਾਲੂ ਹੋ ਗਏ। ਔਰ ਇੱਥੋਂ ਤੱਕ ਜਿਤਨਾ ਮਰਜ਼ੀ ਕੋਈ ਕਠੋਰ ਦਿਲ ਸੀ, ਜਿਤਨਾ ਮਰਜ਼ੀ ਕੋਈ ਨਾਸਤਿਕ ਸੀ, ਗੁਰੂ ਜੀ ਦੇ ਚਰਨਾਂ ਚ ਆ ਕੇ ਝੁੱਕ ਗਏ ਸਾਰੇ। ਨਹੀਂ ਤਾਂ ਤੁਸੀਂ ਇਤਿਹਾਸ ਲੈ ਲਓ ਉਸ ਇਕਾਰੀ ਦਾ, ਜਿਹੜਾ ਨਾ ਜਾਣੇ ਕਿਤਨੇ ਪਾਪ ਕਰਿਆ ਕਰਦਾ ਸੀ, ਕਿਤਨੇ ਗੁਨਾਹ ਕਰਿਆ ਕਰਦਾ ਸੀ, ਪਰ ਜਿਉਂ ਹੀ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਉਸਨੇ ਗਿਆਨ ਸੁਣਿਆ ਤਾਂ ਉਹਦਾ ਵੀ ਦਿਲ ਮੋਮ ਹੋ ਗਿਆ। ਗੁਰੂ ਜੀ ਨੇ ਪੱਥਰ ਦਿਲਾਂ ਨੂੰ ਮੋਮ ਬਣਾ ਦਿੱਤਾ, ਇਹ ਸਾਰੇ ਇਤਿਹਾਸਕਾਰ ਕਹਿੰਦੇ ਨੇ। ਇਸ ਲਈ ਉਹਨਾਂ ਦਾ ਦੁਨੀਆਂ 'ਚ ਕੋਈ ਵੀ ਦੁਸ਼ਮਣ ਨਹੀਂ ਰਿਹਾ, ਸਾਰੇ ਉਹਨਾਂ ਦੇ ਸਰਦਾਲੂ ਹੋ ਗਏ। ਹਾਂ, ਹੁਣ ਜੋ ਲੇਖਕ ਇਹ ਗੱਲ ਕਹਿੰਦਾ ਕਿ ਗੁਰੂ ਰਵਿਦਾਸ ਜੀ ਦਾ ਕਤਲ ਕੀਤਾ ਗਿਆ, ਸਾਇੰਤ ਉਹਨੇ ਇਹ ਦੇਖਿਆ ਨਹੀਂ ਹੈ ਕਿ ਜੇ ਇਹ ਵੀ ਮੰਨ ਲਿਆ ਜਾਏ, ਵੈਸੇ ਤਾਂ ਇਤਿਹਾਸ 151 ਸਾਲ ਦੀ ਉਮਰ ਕਹਿੰਦਾ, ਮੰਨ ਲਿਆ ਜਾਏ 120 ਸਾਲ ਦੀ ਉਮਰ ਹੈ, ਕਿ 120 ਸਾਲ ਦੇ ਬੁੱਢੇ ਨਾਲ ਕਿਸੇ ਦਾ ਮਾੜਾ ਮੋਟਾ ਝਗੜਾ ਹੋ ਹੀ ਜਾਏ ਕਿ ਉਹਨੂੰ ਮਾਰ ਦੇਗਾ। ਉਹ ਕਹੇਗਾ ਕਿੱਥੇ ਯਾਰ ਬਜ਼ੁਰਗ ਨੂੰ ਮੈਂ ਇਹ ਕਿਉਂ ਕਹਿੰਦਾ ਕੁਛ। ਪਤਾ ਨਹੀਂ ਇਹ ਕਿਸ ਇਤਿਹਾਸਕਾਰ ਨੇ ਇਸ ਨੇ ਕਿਉਂ ਇਸ ਤਰ੍ਹਾਂ ਲਿਖ ਦਿੱਤਾ, ਹਾਲਾਂਕਿ ਪੜ੍ਹੇ ਲਿਖੇ ਨੇ। ਦੂਜੀ ਬੇਨਤੀ ਹੈ ਕਿ ਇਹ ਕਿਸ ਨੇ ਲਿਖਿਆ, ਇਹੋ ਜਿਹੀ ਗੱਲ ਕੌਣ ਕਹਿੰਦਾ ਜੋ ਗੁਰੂ ਰਵਿਦਾਸ ਜੀ ਦਾ ਸਰਦਾਲੂ ਨਹੀਂ। ਬੇਸ਼ੱਕ ਉਹ ਬਾਹਰੋਂ ਬਾਹਰੋਂ ਗੁਰੂ ਰਵਿਦਾਸ ਜੀ ਦਾ ਸਰਦਾਲੂ ਕਹਿ ਦਿੰਦਾ, ਪਰ ਅੰਦਰੋਂ ਗੁਰੂ ਜੀ ਦੇ ਚਰਨਾਂ ਨਾਲ ਨਹੀਂ ਜੁੜਿਆ ਹੋਇਆ। ਉਹ ਬਾਹਰੋਂ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸੰਤਰਾ ਹੈ, ਬਾਹਰੋਂ ਗੁਰੂ ਜੀ ਦਾ ਉਹਨੇ ਲਪੇਟਿਆ ਹੋਇਆ ਹੈ ਕਿ ਮੈਂ ਉਹਨਾਂ ਦਾ ਸਰਦਾਲੂ ਹਾਂ, ਲੇਕਿਨ ਅੰਦਰੋਂ ਉਹ ਜੁੜਿਆ ਹੋਇਆ ਉਹਨਾਂ ਦੇ ਨਾਲ ਨਹੀਂ ਹੈ। ਅੰਦਰੋਂ ਸੰਤਰੇ ਵਾਂਗ ਅਲੱਗ ਅਲੱਗ ਹੈ, ਉਹਨਾਂ ਦੀ ਸੋਚ ਵੱਖਰੀ ਹੈ। ਇਸ ਕਰਕੇ ਅਸੀਂ ਐਸੇ ਲੋਕਾਂ ਦੇ ਇਤਿਹਾਸ ਨੂੰ ਪੜ੍ਹ ਕੇ, ਬੇਸ਼ੱਕ ਪੜ੍ਹਿਆ ਲਿਖਿਆ ਹੈ, ਆਮ ਸਾਡੀ ਹੁੰਦੀ ਕਿ ਪੜ੍ਹਿਆ ਲਿਖਿਆ ਜੀ, ਉਹਨੇ ਬਹੁਤ ਵਧੀਆ ਲਿਖਿਆ। ਬਾਬਾ ਸਾਹਿਬ ਅੰਬੇਡਕਰ ਨੇ ਇੱਕ ਗੱਲ ਆਖਰ ਦੇ ਟਾਈਮ ਤੇ ਕਹੀ, ਉਹ ਰੋਪੇ ਜਦੋਂ ਤੇ ਉਹਨਾਂ ਦਾ ਇੱਕ ਸਾਥੀ ਉਹਨਾਂ ਦੇ ਕੋਲ ਬੈਠਾ ਹੋਇਆ ਸੀ, ਉਹਨੇ ਕਿਹਾ ਕਿ ਬਾਬਾ ਸਾਹਿਬ ਤੁਸੀਂ ਰੋ ਕਿਉਂ ਰਹੇ ਹੋ? ਤੋ ਬੋਲੇ
ਕਿ ਮੈਨੂੰ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ। ਕਹਿਣ ਦਾ ਭਾਵ, ਗੁਰੂ ਜੀ ਦਾ ਇਤਿਹਾਸ ਜਦੋਂ ਵੀ ਵਿਗਾੜਨਗੇ ਪੜ੍ਹੇ ਲਿਖੇ ਲੋਕ ਹੀ ਵਿਗਾੜਨਗੇ, ਕਿਉਂਕਿ ਆਮ ਲੋਕਾਂ ਦੀ ਤੇ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਹੋਏਗਾ ਨਾ। ਤੇ ਪੜ੍ਹੇ ਲਿਖੇ ਹੀ ਗੁਰੂ ਜੀ ਦੇ ਇਤਿਹਾਸ ਨੂੰ ਵਧੀਆ ਕਰਕੇ ਲੋਕਾਂ ਨੂੰ ਦੱਸਣਗੇ। ਅਸੀਂ ਉਹਨਾਂ ਪੜ੍ਹੇ ਲਿਖੇ ਲੋਕਾਂ ਦੇ ਇਤਿਹਾਸ ਨੂੰ ਲੈਣਾ ਹੈ ਜਿਹੜੇ ਵਾਕਿਆ ਦਿਲੋਂ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋਏ ਹਨ, ਜਿਹੜੇ ਕੇਵਲ ਤੇ ਕੇਵਲ ਇਹ ਜਾਣਨ ਲਈ ਮੈਂ ਉਹ ਕਿਤਾਬ ਨੂੰ ਦੇਖਿਆ, ਉਹਦਾ ਫਰੰਟ ਪੇਜ ਜੋ ਉਹਦਾ ਬਾਹਰ ਦਾ ਬਣਾਇਆ ਹੋਇਆ ਕਵਰ ਪੇਜ ਹੀ, ਉਹ ਹੀ ਬੜਾ ਅਜੀਬੋ ਗਰੀਬ ਬਣਾ ਦਿੱਤਾ। ਗੁਰੂ ਜੀ ਦੀ ਬਾਣੀ ਨਾਲ ਟੁਕਮਾ ਨਹੀਂ, ਬਲੱਡ ਦੱਸਤਾ। ਗੁਰੂ ਜੀ ਨੇ ਤੇ ਐਸੀ ਕਹਾਣੀ ਨਹੀਂ ਕਹੀ, ਉਹਨਾਂ ਨੇ ਸ਼ਾਂਤੀ ਦਾ ਪਾਠ ਪੜਾਇਆ, ਸ਼ਾਂਤੀ ਕਹੀ, ਪਿਆਰ ਕਹਾ। ਉਹਨਾਂ ਨੇ ਤੇ ਕਹਿਤਾ, ਮੁਸਲਮਾਨ ਸੇ ਦੋਸਤੀ, ਹਿੰਦੂਓ ਸੇ ਕਰ ਪ੍ਰੀਤ, ਰਵਿਦਾਸ ਪੂਤ ਸਭ ਰਾਮ ਕੇ, ਸਭ ਹੈ ਆਪਣੇ ਮੀਤ। ਬਾਕੀ ਗੁਰੂ ਜੀ ਪੂਰੀ ਦੁਨੀਆ ਦੇ ਵਾਸਤੇ ਆਏ, ਉਹਨਾਂ ਨੂੰ ਜਗਤ ਗੁਰੂ ਗੁਰੂ ਰਵਿਦਾਸ ਕਿਹਾ ਗਿਆ, ਕਿਉਂਕਿ ਗੁਰੂ ਜੀ ਨੇ ਸਭਨਾਂ ਦਾ ਭਲਾ ਮੰਗਿਆ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਸ ਪਰਿਵਾਰ 'ਚ ਮੈਂ ਜਨਮ ਲਿਆ ਉਸ ਪਰਿਵਾਰ ਦਾ ਭਲਾ ਹੋਵੇ, ਜਿਸ ਮੈਂ ਸਮਾਜ 'ਚ ਜਨਮ ਲਿਆ ਉਸ ਸਮਾਜ ਦਾ ਭਲਾ ਹੋਵੇ, ਜਾਂ ਜਿਸ ਮੈਂ ਕੰਟਰੀ 'ਚ ਜਨਮ ਲਿਆ ਉਸ ਕੰਟਰੀ ਦਾ ਭਲਾ ਹੋਵੇ। ਸਗੋਂ ਗੁਰੂ ਜੀ ਨੇ ਕਿਹਾ, ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ, ਸੋਟ ਬੜੋ ਸਭ ਸੰਭ ਬਸੇ, ਰਵਿਦਾਸ ਰਹੇ ਪ੍ਰਸੰਨ। ਸੋ ਗੁਰੂ ਜੀ 151 ਸਾਲ ਦੀ ਉਮਰ ਭੋਗ ਕੇ ਦੁਨੀਆਂ ਤੋਂ ਜੋਤੀ ਜੋਤ ਸਮਾਏ ਹਨ। ਇਸ ਗੱਲ ਨੂੰ ਪੱਕੀ ਤਰ੍ਹਾਂ ਮੰਨ ਲੈਣਾ, ਕਿਉਂਕਿ ਗੁਰੂ ਜੀ ਦਾ ਆਪਣਾ ਇਤਿਹਾਸ ਹੈ ਕਿ ਮੇਰੇ ਚਰਨਾਂ 'ਚ ਸਭ ਤੋਂ ਜਿਹੜੇ ਮੇਰੇ ਵਿਰੋਧੀ ਲੋਕ ਸਨ, ਉਹੀ ਪਹਿਲਾਂ ਆ ਕੇ ਚਰਨਾਂ 'ਚ ਚੁੱਕੇ। ਅਬ ਵਿਪਰ ਪ੍ਰਦਾਨ ਕਰੇ ਡੰਡੋਤ, ਤੇਰੇ ਸਰਨਾਏ ਰਵਿਦਾਸ ਦਾਸਨ ਦਾਸਾ। ਗੁਰੂ ਰਾਮਦਾਸ ਜੀ ਨੇ ਕਹਿ ਦਿੱਤਾ ਕਿ ਚਾਰ ਵਰਨ ਪੇ ਪੱਗ ਆਏ। ਗੁਰੂ ਰਵਿਦਾਸ ਜੀ 4 ਵਰਨਾਂ ਦੇ ਗੁਰੂ ਹੋਏ। ਉਹਨਾਂ ਦੇ ਬਾਣੀ ਨੇ ਸਭਨਾਂ ਦੇ ਮਨਾਂ ਨੂੰ ਸੀਤਲਤਾ ਦੇ ਦਿੱਤੀ, ਉਹਨਾਂ ਪੱਥਰ ਚਿੱਤ ਮੋਮ ਬਣਾ ਦਿੱਤੇ। ਇਸ ਕਰਕੇ ਗੁਰੂ ਜੀ ਦਾ ਕੋਈ ਵੀ ਐਸਾ ਦੁਸ਼ਮਣ ਹੀ ਨਹੀਂ ਰਿਹਾ, ਉਹਨਾਂ ਨੇ ਸਾਹਿਬ ਨੂੰ ਆਪਣੇ ਸੱਜਣ ਬਣਾ ਲਿਆ। ਮੇਰਾ ਖਿਆਲ ਹੈ ਕਿ ਰਾਹੁਲ ਜੀ ਦਾ ਜੇ ਸੁਣ ਰਹੇ ਹੋਣਗੇ ਤੇ ਉਹਨਾਂ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ।